ਜਿਹੜਾ ਬਰਗਾੜੀ ਵਿੱਚ ਬੈਠ ਕੇ ਉਹਨਾਂ ਦੀ ਮਦਦ ਕਰਨੀ। ਸੋ ਅਗਰ ਮੈਂ ਆਲੇ ਦੁਆਲੇ ਦੇਖ ਰਿਹਾ ਵਾਂ ਤਾਂ ਡਬਲ ਸਟੈਂਡਰਡ ਹੀ ਡਬਲ ਸਟੈਂਡਰਡ ਨਜ਼ਰ ਆਉਂਦੇ, ਦੋਹਰੀ ਰਾਜਨੀਤੀ, ਦੋਹਰੇ ਮਾਪਦੰਡ। ਔਰ ਮੈਨੂੰ ਥੋੜ੍ਹਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੱਲ੍ਹ ਸਾਡੇ ਆਮ ਆਦਮੀ ਪਾਰਟੀ ਦੇ ਦੋਨੋਂ ਕਮੇਟੀਜ਼ ਮਿਲੀਆਂ, ਦੂਸਰੇ ਦਿੱਲੀ ਵਾਲੇ ਵੀ ਮਿਲੇ ਅਤੇ ਸਾਡੇ ਵਾਲੇ ਵੀ ਬੈਠੇ ਸੀਗੇ, ਗੱਲਬਾਤ ਚੱਲੀ। ਗੱਲਬਾਤ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਗੱਲਬਾਤ ਪ੍ਰੀ ਕੰਡੀਸ਼ਨ ਉੱਥੋਂ ਚੱਲੀ ਆ ਕਿ ਬਠਿੰਡੇ ਦੇ ਮਤਿਆਂ ਦੇ ਉੱਤੇ ਗੱਲਬਾਤ ਹੋਵੇਗੀ, ਯਾਨੀ ਕਿ ਕੰਪਲੀਟ ਖੁਦਮੁਖਤਿਆਰੀ। ਕੰਪਲੀਟ ਖੁਦਮੁਖਤਿਆਰੀ ਦੇ ਵਿੱਚ ਮਤਲਬ ਕਿ ਪੰਜਾਬ ਦਾ ਆਮ ਆਦਮੀ ਪਾਰਟੀ ਯੂਨਿਟ ਤੈਅ ਕਰੇਗਾ ਕਿ ਸਾਡਾ ਪੰਜਾਬ ਦਾ ਪ੍ਰੈਜ਼ੀਡੈਂਟ ਕੌਣ ਹੋਵੇਗਾ। ਇਸ ਦਾ ਪੂਰਾ ਢਾਂਚਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਇੱਥੇ ਪੰਜਾਬ ਦੀ ਧਰਤੀ 'ਤੇ ਲੋਕ ਤੈਅ ਕਰਨਗੇ। ਲੀਡਰ ਆਫ ਆਪੋਜੀਸ਼ਨ ਜਿਹੜਾ ਇਹਨਾਂ ਨੇ ਟਿੱਚ ਬਟਨ ਦੇ ਉੱਤੇ ਸਿਲੈਕਟ ਕੀਤਾ ਸੀਗਾ, ਉਸ ਦੀ ਚੋਣ ਦੁਬਾਰਾ ਹੋਵੇਗੀ। ਲੀਡਰ ਆਫ ਆਪੋਜੀਸ਼ਨ 20 MLA ਇੱਥੇ ਬੈਠ ਕੇ ਜਿਸ ਨੂੰ ਮਰਜ਼ੀ ਬਣਾ ਲੈਣ, ABCD। ਇਹ ਸਾਰੀਆਂ ਗੱਲਾਂ ਦੇ ਆਧਾਰ ਦੇ ਉੱਤੇ ਸਾਰੀ ਕੱਲ੍ਹ ਗੱਲਬਾਤ ਹੋਈ ਆ। ਅੱਛੀ ਗੱਲ ਆ, ਗੱਲਬਾਤ ਸਾਨੂੰ ਕਰਨੀ ਚਾਹੀਦੀ। ਪਰੰਤੂ ਮੈਨੂੰ ਦੁੱਖ ਉਸ ਵੇਲੇ ਹੋਇਆ ਜਦੋਂ ਮੈਂ ਅਖਬਾਰਾਂ ਪੜ੍ਹੀਆਂ ਅੱਜ ਸਵੇਰੇ ਕਿ ਕੱਲ੍ਹ ਇਹਨਾਂ ਨੇ ਇੱਕ ਪਾਸੇ ਗੱਲ ਕਰ ਰਹੇ ਸੀਗੇ ਅਤੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਖਰੇ 14 ਨਿਯੁਕਤੀਆਂ ਕੀਤੀਆਂ ਇਹਨਾਂ ਨੇ। ਕੱਲ੍ਹ ਦੱਸਿਆ ਵੀ ਨਹੀਂ ਅੰਦਰ ਬੈਠੇ ਮੈਂਬਰਸ ਨੂੰ ਕਿ ਅਸੀਂ ਨਿਯੁਕਤੀਆਂ ਕਰਨ ਜਾ ਰਹੇ ਹਾਂ ਇੱਕ ਪਾਸੇ, ਔਰ ਸ਼ਾਇਦ ਨਿਯੁਕਤੀਆਂ ਕਰਕੇ ਆਏ ਸੀ ਗੱਲ ਕਰਨ ਵਾਸਤੇ। ਨਿਯੁਕਤੀਆਂ ਕੀ ਕੀਤੀਆਂ? ਸ਼ਾਇਦ 3 ਜ਼ਿਲ੍ਹਿਆਂ ਦੇ ਪ੍ਰਧਾਨ ਲਾਏ ਨੇ, ਔਰ ਸ਼ਾਇਦ 3 ਜਾਂ 4 ਅਸੈਂਬਲੀਆਂ ਦੇ ਹਲਕਾ ਇੰਚਾਰਜ, ਜੋ ਪਹਿਲਾਂ ਅਕਾਲੀ ਅਤੇ ਕਾਂਗਰਸ ਹੀ ਲਾਉਂਦੇ ਨੇ, ਉਹ ਹਲਕਾ ਇੰਚਾਰਜ ਲਾਏ ਨੇ, ਅਤੇ ਸ਼ਾਇਦ 3 ਵਿੰਗਾਂ ਦੇ, ਕੋਈ ਟਰਾਂਸਪੋਰਟ ਦਾ, ਕੋਈ ਹੋਰ ਕਿਸਾਨ ਵਿੰਗ ਦਾ ਪ੍ਰੈਜ਼ੀਡੈਂਟ ਲਾਇਆ। ਦਿਸ ਇਜ਼ ਵੈਰੀ ਅਨਫੇਅਰ, ਦਿਸ ਇਜ਼ ਕੰਪਲੀਟ ਇਨਸਿੰਸੀਅਰ ਐਟੀਟਿਊਡ। ਇੱਕ ਪਾਸੇ ਅਸੀਂ ਗੱਲ ਕਰ ਰਹੇ ਕਿ ਸਾਡੀ ਯੂਨਿਟੀ ਹੋਣੀ ਚਾਹੀਦੀ ਹੈ, ਦੂਜੇ ਪਾਸੇ ਅਸੀਂ ਆਪਣੇ ਢਾਂਚੇ ਨੂੰ ਯੂਨੀਲੈਟਰਲੀ ਇੱਕ ਤਰਫਾ ਹੀ ਵਧਾਈ ਜਾਂਦੇ ਹਾਂ। ਇਸ ਲਈ ਅਸੀਂ ਹੁਣ ਸਾਰੇ ਚੱਲੇ ਹਾਂ, ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੈ, ਔਰ ਨਾਲ ਅਸੀਂ ਇੱਕ ਜਨਰਲ ਮੀਟਿੰਗ ਵੀ ਸੱਦੀ ਹੈ, ਉਹਦੇ 'ਚ ਸਾਰਾ ਰੱਖਾਂਗੇ, ਕਿਉਂਕਿ ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ। ਐਂਡ ਘੱਟੋ ਘੱਟ ਜਦੋਂ ਅਸੀਂ 5 ਮੈਂਬਰ ਕਮੇਟੀ ਅਨਾਊਂਸ ਕਰਤੀ ਸੀ ਅੱਜ ਤੋਂ ਮਹੀਨਾ ਪਹਿਲਾਂ, ਉਦੋਂ ਤੋਂ ਇਹਨਾਂ ਨੂੰ ਆਪਣੀਆਂ ਜਿਹੜੀਆਂ ਇੱਕ ਤਰਫਾ ਅਪੁਆਇੰਟਮੈਂਟਸ ਸਾਰੀਆਂ ਬੰਦ ਕਰ ਦੇਣੀਆਂ ਚਾਹੀਦੀਆਂ। ਸਾਡੇ ਕੋਲ ਸਾਰਾ ਢਾਂਚਾ ਤਿਆਰ ਹੈ, ਟੋਟਲ 26 ਦੇ 26 ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਤਿਆਰ ਨੇ, ਸਾਰੇ ਵਿੰਗਸ ਦੇ ਸਾਡੇ ਕੋਲ ਕੇਪੇਬਲ ਆਦਮੀ ਤਿਆਰ ਹੈ। ਮਾਫ ਕਰਨਾ, ਚੰਗਾ ਤਾਂ ਲੱਗਦਾ, ਤੁਸੀਂ ਤੁਹਾਡਾ ਤਾਂ ਹੁਣ ਬਣ ਗਿਆ ਇੱਕ ਕਿਸਮ ਦਾ ਅਹੁਦੇਦਾਰਾਂ ਦੀ ਪਾਰਟੀ, ਵੀ ਜਿੰਨਾ ਵੀ ਬੰਦਾ ਵਾ ਉਹ ਸਾਰਾ ਹੀ ਅਹੁਦੇਦਾਰ ਹੈ। ਥੱਲੇ ਪਤਾ ਨਹੀਂ ਲੋਕ ਕਿਸੇ ਗੱਲ ਵਿੱਚ ਕਿਸੇ ਮੀਟਿੰਗ ਵਿੱਚ ਆਉਣ ਨੂੰ ਤਿਆਰ ਹਨ ਕਿ ਨਹੀਂ ਹਨ, ਪਰ ਜਿੰਨੇ ਤੁਹਾਨੂੰ ਅਵੇਲੇਬਲ ਲੋਕ ਨਜ਼ਰ ਆਉਂਦੇ ਨੇ ਤੁਸੀਂ ਉਹਨਾਂ ਨੂੰ ਅਹੁਦੇ ਵੰਡਣ 'ਤੇ ਲੱਗੇ ਹੋ। ਇੱਦਾਂ ਪਾਰਟੀਆਂ ਨਹੀਂ ਚੱਲਦੀਆਂ, ਅਹੁਦਿਆਂ ਦੀ ਵੀ ਮਾਣ ਮਰਿਆਦਾ ਹੁੰਦੀ ਆ, ਅਹੁਦਿਆਂ ਦੀ ਵੀ ਸੈਂਕਚਿਟੀ ਹੁੰਦੀ ਆ। ਇਸ ਲਈ ਮੈਨੂੰ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਅੱਜ ਸਵੇਰੇ ਅਖਬਾਰਾਂ ਪੜ੍ਹ ਕੇ, ਕੱਲ੍ਹ ਰਾਤ ਵੀ ਨਿਊਜ਼ ਰਿਲੀਜ਼ ਹੋ ਗਈ ਸੀ, ਬੜਾ ਦੁੱਖ ਹੋਇਆ। ਇੱਕ ਪਾਸੇ ਤੁਸੀਂ ਗੱਲਾਂ ਬਾਤਾਂ ਕਰ ਰਹੇ ਹੋ ਯੂਨਿਟੀ ਦੀਆਂ, ਅਤੇ ਇੱਕ ਪਾਸੇ ਤੁਸੀਂ ਆਪੇ ਹੀ ਇੱਕ ਤਰਫਾ ਅਪੁਆਇੰਟਮੈਂਟਸ ਕਰਕੇ, ਇਹਦਾ ਮਤਲਬ ਤੁਹਾਡੇ ਜੈਨੂਅਨਨੈਸ ਨੇਗੀ। ਔਰ ਤੁਸੀਂ ਅੱਜ ਤੋਂ ਚੰਦ ਦਿਨ ਪਹਿਲਾਂ 5 ਮੈਂਬਰ ਪਾਰਲੀਮੈਂਟ ਦੀਆਂ ਵੀ ਸੀਟਾਂ ਐਲਾਨ ਕਰਦੀਆਂ ਸੀ, ਫਿਰ ਟੋਕਸ ਕਾਹਦੀਆਂ, ਫਿਰ ਯੂਨਿਟੀ ਕਾਹਦੀ ਆ, ਫਿਰ ਅਟੋਨਮੀ ਕਾਹਦੀ ਆ, ਜੇ ਸਾਰਾ ਕੁਝ ਤੁਸੀਂ ਆਪਣੇ ਆਪ ਇੱਕ ਤਰਫਾ ਹੀ ਕਰੀ ਜਾਣਾ ਵਾ ਵਿਦਾਊਟ ਕੰਸਲਟਿੰਗ ਦੀ ਅਦਰ ਪੀਪਲ, ਤਾਂ ਫਿਰ ਅਟੋਨਮੀ ਵਾਲੀ ਤਾਂ ਗੱਲ ਕੋਈ ਨਹੀਂ ਰਹੇਗੀ। ਪਰ ਫਿਰ ਵੀ ਇਹਦੇ ਬਾਵਜੂਦ ਅਸੀਂ ਫਿਰ ਵੀ ਹਲੇ ਤੱਕ ਅਸੀਂ ਅੱਗੇ ਮੌਕਾ ਦੇਵਾਂਗੇ, ਪਰੰਤੂ ਇਹਨਾਂ ਨੂੰ ਜਿਹੜੀਆਂ ਅਪੁਆਇੰਟਮੈਂਟਸ ਕੀਤੀਆਂ ਉਹ ਰੱਦ ਕਰਨੀਆਂ ਪੈਣਗੀਆਂ, ਉਹ ਰੱਦ ਕਰੋ, ਦੁਬਾਰਾ ਸਾਡੇ ਨਾਲ ਆਣ ਕੇ ਬੈਠੋ। ਔਰ ਜਿਹੜੇ ਸਾਡੇ ਬਠਿੰਡੇ ਦੇ ਰੈਜ਼ੋਲਿਊਸ਼ਨਸ ਨੇ, ਯਾਨੀ ਕਿ ਮੈਂ ਰੀਇਟਰੇਟ ਕਰਦਿਆਂ, ਮੁਕੰਮਲ ਖੁਦਮੁਖਤਿਆਰੀ ਪੰਜਾਬ ਦੀ ਧਰਤੀ 'ਤੇ, ਟੋਟਲ ਢਾਂਚਾ, ਲੀਡਰ ਆਫ ਆਪੋਜੀਸ਼ਨ, ਔਰ ਨਾਲ 13 ਦੀਆਂ 13 ਪਾਰਲੀਮੈਂਟ ਦੀਆਂ ਟਿਕਟਸ। ਜੋ ਵੀ ਇੱਥੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੋਕ ਫੈਸਲਾ ਕਰਨਗੇ ਉਹ ਸਰਵ ਪ੍ਰਮਾਣਿਤ ਹੋਵੇਗਾ ਇਸ ਆਧਾਰ ਦੇ ਉੱਤੇ, ਤਾਂ ਕਿ ਪੰਜਾਬ ਦੇ ਵਿੱਚ 6 ਮਹੀਨਿਆਂ ਵਿੱਚ ਅਸੀਂ ਇੱਕ ਤੀਸਰਾ ਸਾਫ਼ ਸੁਥਰਾ ਬਦਲ ਪੈਦਾ ਕਰ ਸਕੀਏ, ਔਰ ਇਸ ਤੋਂ ਬਾਅਦ ਅਸੀਂ ਲਾਈਕ ਮਾਈਂਡਡ ਬੰਦਿਆਂ ਨਾਲ ਵੀ ਖੁੱਲ੍ਹ ਕੇ ਗੱਲ ਕਰ ਸਕੀਏ, ਚਾਹੇ ਉਹ ਡਾਕਟਰ ਗਾਂਧੀ ਨੇ, ਚਾਹੇ ਉਹ ਸਿਮਰਜੀਤ ਸਿੰਘ ਬੈਂਸ ਨੇ, ਚਾਹੇ ਉਹ ਬਹੁਜਨ ਸਮਾਜ ਪਾਰਟੀ ਹੈ। ਇੱਕ ਰਾਊਂਡ ਆਫ ਟਾਕਸ ਅਸੀਂ ਆਲਰੇਡੀ ਕਰ ਚੁੱਕੇ ਹਾਂ ਆਪਸ ਵਿੱਚ, ਪ੍ਰੀਲਿਮਿਨਰੀ
ਡਾਕਟਰ ਗਾਂਧੀ ਨਾਲ, ਸਿਮਰਜੀਤ ਸਿੰਘ ਬੈਂਸ ਨਾਲ ਇੱਕ ਰਾਊਂਡ ਆਫ ਟਾਕ ਸਾਡੀ ਹੋ ਚੁੱਕੀ ਆ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਦੋਨੋਂ ਕਰਪਟ ਪਾਰਟੀਆਂ ਨੇ, ਦੋਨੋਂ ਰਵੇਤੀ ਪਾਰਟੀਆਂ, ਇਹਨਾਂ ਤੋਂ ਪੰਜਾਬ ਨੂੰ ਨਿਜਾਤ ਦਵਾਈ ਸਕੇ। ਨਿਜਾਤ 1900 ਵੋਟ ਸ਼ਾਹਕੋਟ ਵਾਲੀ ਨਾਲ ਨਹੀਂ ਮਿਲਣੀ, ਨਿਜਾਤ ਦਿੱਲੀਓਂ ਸੂਬੇਦਾਰਾਂ ਦੀ ਮਰਜ਼ੀ ਦੇ ਹਿਸਾਬ ਦੇ ਨਾਲ ਪਾਰਟੀ ਵਿੱਚ ਅਹੁਦੇ ਵੰਡ ਕੇ ਨਹੀਂ ਮਿਲਣੀ। ਨਿਜਾਤ ਨਿਜਾਤ ਮਿਲਣੀ ਆ ਲੜ ਭਿੜ ਕੇ, ਮੁੱਦਿਆਂ ਦੇ ਆਧਾਰਿਤ, ਇਸ਼ੂ ਬੇਸਡ ਪੋਲੀਟਿਕਸ ਕਰਕੇ। ਸੋ ਇਸ ਲਈ ਅੱਜ ਸਾਨੂੰ, ਮੈਂ ਤੁਹਾਡੇ ਨਾਲ ਵਿਚਾਰ ਇਸ ਲਈ ਕੀਤਾ ਵੀ ਸਾਰੇ ਪਾਸੇ ਡਬਲ ਦੋਹਰੀ ਮਾਪਦੰਡ ਚੱਲਣ ਡੇ। ਬਾਦਲ ਸਾਹਿਬ ਜਦੋਂ ਸੱਤਾ 'ਚ ਹੁੰਦੇ ਨੇ ਉਦੋਂ ਹੋ ਕੁਛ ਹੋਰ ਕਰਦੇ ਨੇ, ਅਣਪਛਾਤੇ ਬੰਦਿਆਂ ਦੇ ਖਿਲਾਫ FIR ਕਰਦੇ ਨੇ, ਓਪੋਜੀਸ਼ਨ 'ਚ 'ਤੇ ਨੇ ਗਵਰਨਰ ਸਾਹਿਬ ਦੇ ਕੋਲ FIR ਦੇ ਵਿੱਚ ਨਾਮ ਦਰਜ ਕਰਾਉਣ ਲਈ ਜਾਂਦੇ ਨੇ, ਮੰਗਦੇ ਨੇ ਕਰੋੜ ਕਰੋੜ ਰੁਪਈਆ, ਆਪ ਦਿੰਦੇ ਨਹੀਂ ਸੀ 5 ਲੱਖ ਰੁਪਈਆ ਵੀ, ਮੰਗਦੇ ਨੇ ਸਿਟਿੰਗ ਜੱਜ ਤੋਂ ਇਨਕੁਆਇਰੀ 'ਤੇ ਆਪ ਕਰਾਉਂਦੇ ਸੀ, ਰਿਟਾਇਰਡ ਜਿਹੜੇ ਇਹਨਾਂ ਦੇ ਪਲਾਇਬਲ ਜੱਜਸ ਸੀਗੇ ਜਿਨ੍ਹਾਂ ਨੂੰ ਪਹਿਲਾਂ ਗੱਲ ਕਰਦੇ ਸੀ ਤੈਅ ਕਰਕੇ, ਨੌਕਰੀ ਦੇਣ ਦੇ ਲਾਲਚ ਨਾਲ, ਗੱਡੀ ਮੋਟਰ ਦੇਣ ਦੇ ਨਾਲ ਲਾਲਚ ਨਾਲ ਉਹਨਾਂ ਕੋਲ ਇਨਕੁਆਇਰੀਆਂ ਕਰਾਉਂਦੇ ਸੀਗੇ। ਸੋ ਅੱਜ ਦਾ ਮੇਰਾ ਇਹੀ ਫਰਜ਼ ਸੀਗਾ ਕਿ ਤੁਹਾਡੇ ਸਾਹਮਣੇ ਅੱਜ ਦੇ ਜੋ ਮੌਜੂਦਾ ਵਾਤਾਵਰਨ ਹੈ, ਜਿਹੜੇ ਪ੍ਰੋਫੈਸ਼ਨਲ ਪੋਲੀਟੀਸ਼ਨ ਨੇ ਸਾਡੇ ਇਸ ਦੇਸ਼ ਦੇ ਅਤੇ ਸਾਡੇ ਸੂਬੇ ਦੇ, ਉਹ ਕਿਸ ਤਰ੍ਹਾਂ ਲੋਕਾਂ ਨੂੰ ਹੁੱਡਵਿੰਕ ਕਰ ਰਹੇ ਨੇ, ਮੂਰਖ ਬਣਾ ਰਹੇ ਨੇ, ਇਹ ਤੁਹਾਡੇ ਧਿਆਨ ਵਿੱਚ ਲਾਉਣਾ। ਸਾਡੀ ਹੁਣ ਥੋੜ੍ਹੀ ਦੇਰ ਬਾਅਦ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੋਵੇ, ਅਸੀਂ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਡੂੰਘਾਈ ਦੇ ਨਾਲ ਚਰਚਾ ਕਰਕੇ ਆਉਣ ਵਾਲੇ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਉੱਤੇ ਜਿਹੜੀ ਅਸੀਂ ਕਾਲ ਦਿੱਤੀ ਸੀਗੀ, ਅਲਟੀਮੇਟਮ ਦਿੱਤਾ ਸੀ, ਉਹਦੇ 'ਤੇ ਵੀ ਵਿਚਾਰ ਕਰਾਂਗੇ। ਔਰ ਅੰਮ੍ਰਿਤਸਰ ਰੇਲ ਹਾਦਸੇ ਦੇ ਉੱਤੇ ਕੀ ਸਾਨੂੰ ਇਹਦੇ 'ਤੇ ਸਟੈਂਡ ਲੈਣਾ ਚਾਹੀਦਾ, ਜੋ ਅਸੀਂ ਪਹਿਲਾਂ ਲਿਆ ਉਸ 'ਤੇ ਕੀ ਮੰਗ ਹੋਣੀ ਚਾਹੀਦੀ, ਉਹ ਵੀ ਕਰਾਂਗੇ, ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ ਅਤੇ ਟੀਚਰਸ ਦਾ ਧਰਨਾ ਅਤੇ ਲਗਾਤਾਰ ਬੇਰੁਜ਼ਗਾਰੀ ਦਾ ਵਾਧਾ ਹੋਇਆ ਰੁਝਾਨ, ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਤੁਹਾਨੂੰ ਵਿਚਾਰ ਵਟਾਂਦਰਾ ਕਰਾਂਗੇ। ਬਹੁਤ ਸ਼ੁਕਰੀਆ।